ਖਬਰ ਲੈਂਦੇ ਹਾਂ ਪਠਾਨਕੋਟ ਤੋਂ। ਪਠਾਨਕੋਟ ਤੋਂ ਅਜਿਹੀ ਖਬਰ ਆ ਰਹੀ ਹੈ, ਜੇ ਪੂਰੇ ਪੰਜਾਬ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਭਰ ਤੋਂ ਨਿੱਜੀ ਸਕੂਲ ਜੋ ਆਪਣੀ ਮਨ ਮਰਜ਼ੀ ਕਰਦੇ ਨੇ ਉਹਨਾਂ ਦੇ ਖਿਲਾਫ ਪੇਰੈਂਟਸ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ, ਕਿਉਂਕਿ ਨਿੱਜੀ ਸਕੂਲਾਂ ਵਾਲੇ ਆਪਣੇ ਹਿਸਾਬ ਦੇ ਨਾਲ ਜੋ ਫੀਸਾਂ ਹੈ ਉਸਦੀ ਡਿਮਾਂਡ ਕਰ ਰਹੇ ਨੇ। ਜੇ ਪਠਾਨਕੋਟ ਦੀ ਗੱਲ ਕਰੀਏ ਤਾਂ ਅੱਜ ਪੇਰੈਂਟਸ ਵੱਲੋਂ ਬਕਾਇਦਾ ਤੌਰ 'ਤੇ DEO ਸਾਹਿਬ ਦੇ ਨਾਲ ਇੱਕ ਮੀਟਿੰਗ ਕੀਤੀ ਗਈ, ਉਹਨਾਂ ਨੂੰ ਜਾਣੂ ਕਰਵਾਇਆ ਕਿ ਨਿੱਜੀ ਸਕੂਲਾਂ ਵਾਲੇ ਸਾਡੇ ਕੋਲੋਂ ਕਿਸ ਤਰ੍ਹਾਂ ਮਤਲਬ ਫੀਸਾਂ ਦੀ ਮੰਗ ਕਰ ਰਹੇ ਨੇ। ਦੂਸਰੇ ਪਾਸੇ ਜੇਕਰ ਸਿੱਖਿਆ ਆਫਿਸਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੇਰੈਂਟਸ ਨੂੰ ਬਕਾਇਦਾ ਤੌਰ 'ਤੇ ਭਰੋਸਾ ਦਵਾਇਆ ਹੈ ਕਿ ਜੋ ਨਿੱਜੀ ਸਕੂਲਾਂ ਵਾਲੇ ਆਪਣੀ ਮਨਮਰਜ਼ੀ ਕਰਦੇ ਨੇ ਔਰ ਪੇਰੈਂਟਸ ਦੇ ਦਬਾਅ ਪਾਉਂਦੇ ਨੇ ਫੀਸਾਂ ਨੂੰ ਲੈ ਕੇ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਲੋਕਾਂ ਦੀ ਫੀਸ ਬਣਦੀ ਹੈ ਜੋ ਲੋਕ ਔਨਲਾਈਨ ਬੱਚਿਆਂ ਨੂੰ ਮਿਹਨਤ ਕਰਵਾ ਰਹੇ ਨੇ ਔਰ ਐਡਮਿਸ਼ਨ ਦੀ ਕੋਈ ਫੀਸ ਨਹੀਂ ਹੈ। ਹਾਂ, ਜੇਕਰ ਕੋਈ ਟਿਊਸ਼ਨ ਫੀਸ ਹੈ ਤਾਂ ਉਸ 'ਤੇ ਗੱਲ ਕੀਤੀ ਜਾ ਸਕਦੀ ਹੈ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਲੋਕਡਾਊਨ ਦੇ ਦੌਰਾਨ ਪੂਰੀ ਤਰ੍ਹਾਂ ਕੰਮਕਾਰ ਠੱਪ ਹੈ ਔਰ ਇਸ ਦੇ ਦੌਰਾਨ ਜਦੋਂ ਕੋਈ ਫੀਸਾਂ ਦੀ ਗੱਲ ਕਰਦਾ ਹੈ ਤਾਂ ਉਸ ਵੇਲਾ ਸੱਚਮੁੱਚ ਇੱਕ ਅਜੀਬ ਕਿਸਮ ਦਾ ਇਤਫਾਕ ਜਿਹੜਾ ਉਹ ਪੈਦਾ ਹੁੰਦਾ ਹੈ, ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਪੇਰੈਂਟਸ ਦੀਆਂ ਆਏ ਦਿਨ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਨਿੱਜੀ ਸਕੂਲਾਂ ਵਾਲੇ ਤੰਗ ਪਰੇਸ਼ਾਨ ਕਰਦੇ ਆ, ਔਰ ਇਸੇ ਹੀ ਸੰਬੰਧ ਦੇ ਵਿੱਚ ਅੱਜ ਨਿੱਜੀ ਸਕੂਲਾਂ ਵਾਲਿਆਂ ਨੇ ਸਿੱਖਿਆ ਆਫਿਸਰ ਦੇ ਨਾਲ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਰੀਸੈਂਟਲੀ ਅਸੀਂ ਇੱਥੇ ਜਿਹੜਾ ਸ਼ਹੀਦ ਮੱਖਣ ਸਿੰਘ DO ਸਾਹਿਬ ਆਏ ਸੀਗੇ, ਉਹਨਾਂ ਨੇ ਸਾਨੂੰ ਬੁਲਾਇਆ ਦਾ ਸੀਗਾ ਕਿ ਬਈ ਆਪਣਾ ਤੁਸੀਂ ਦੱਸੋ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਤੁਹਾਨੂੰ ਕੀ ਚਾਰਜਿਸ ਲਏ ਜਾ ਰਹੇ ਹਾਂ, ਕੀ ਹੈਗਾ। ਸਾਨੂੰ ਪ੍ਰਾਈਵੇਟ ਸਕੂਲਾਂ ਨੇ ਐਨੂਅਲ ਫੀਸ ਜਿਹੜੀ ਉਹ ਬਿਲਕੁਲ ਛੋੜ ਦਿੱਤੀ ਹੈਗੀ ਕਿ ਤੁਹਾਨੂੰ ਐਨੂਅਲ ਫੀਸ ਤੁਸੀਂ ਨਹੀਂ ਦੇਣੀ, ਕਿਤਾਬਾਂ ਤੁਸੀਂ ਨਹੀਂ ਲੈਣੀਆਂ। ਬਟ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਜਿਹੜੀ ਤੁਹਾਡੀ ਮੰਥਲੀ ਫੀਸ ਹੈਗੀ ਆ ਤਾਂ ਉਹ ਤੁਸੀਂ ਸਾਨੂੰ ਪੂਰੀ ਜਮ੍ਹਾਂ ਕਰਾਉਣੀ ਹੈ, ਠੀਕ ਹੈ। ਉਹ ਤੁਹਾਨੂੰ ਮਤਲਬ ਪ੍ਰਾਈਵੇਟ ਸਕੂਲ ਵਾਲੇ ਕਹਿ ਰਹੇ ਕਿ ਸਾਨੂੰ DO ਸਾਹਿਬ ਦੀ ਉਹ ਸਾਨੂੰ ਕਿਹਾ ਗਿਆ ਕਿ ਤੁਸੀਂ ਉਹ ਲੈ ਸਕਦੇ ਹੋ। ਹੁਣ ਅਸੀਂ ਟੀਚਰਾਂ ਨੂੰ ਪੁੱਛਦੇ ਹਾਂ ਜਾਂ ਸਕੂਲ ਵਾਲਿਆਂ ਨੂੰ ਪੁੱਛਦੇ ਹਾਂ ਕਿ ਉਹ ਜਿਹੜੀ ਮੰਥਲੀ ਫੀਸ ਹੈ ਉਹ ਟਿਊਸ਼ਨ ਫੀਸ ਉਹਦੇ ਵਿੱਚ ਬ੍ਰੇਕਅਪ ਕੀ ਹੈਗਾ, ਕਿ ਟਿਊਸ਼ਨ ਫੀਸ ਕਿੰਨੀ ਹੈਗੀ ਹੈ, ਉਹ ਸਾਨੂੰ ਪੂਰਾ ਕਲੀਅਰ ਕੀਤਾ ਜਾਏ। ਸੈਕਿੰਡਲੀ, ਜਿਹੜਾ ਇਹ ਕਹਿ ਰਿਹਾ ਕਿ ਸਾਨੂੰ ਔਨਲਾਈਨ ਕਲਾਸਿਸ, ਸਾਨੂੰ ਵਟਸਐਪ ਦੇ ਉੱਤੇ 2 ਮਿੰਟ ਜਾਂ 1.5 ਮਿੰਟ ਜਾਂ 2.5 ਮਿੰਟ ਦੀ ਇੱਕ ਵੀਡੀਓ ਆ ਜਾਂਦੀ ਹੈ, ਠੀਕ ਹੈ। ਉਸ ਵੀਡੀਓ ਨੂੰ ਦੇਖ ਕੇ ਅਸੀਂ ਬੱਚੇ ਨੂੰ ਪੜ੍ਹਾਉਣਾ, ਉਹਦੇ 'ਤੇ ਸਾਡੀ ਕਲਾਸ ਲੱਗ ਗਈ ਹੈ ਜੀ। ਕਿਆ ਔਨਲਾਈਨ ਕਲਾਸਿਸ ਜਿਹਨੂੰ ਕਿਹਾ ਜਾਂਦਾ, ਜਿਹੜੀ ਐਪ ਹੈਗੀ ਹੈ ਜ਼ੂਮ ਐਪ ਜਾਂ ਸਕਾਈਪ ਐਪ, ਇਹਦਾ ਕੋਈ ਇਹਦੇ ਵਿੱਚ ਕੋਈ ਰੀਜ਼ਨ ਨਹੀਂ ਹੈਗਾ ਜਾਂ ਮਤਲਬ ਇਹਦਾ ਕੋਈ ਜੋੜ ਨਹੀਂ ਹੈਗਾ। ਅਗਰ ਇਹ ਨਹੀਂ ਹੈਗਾ ਇਹਦੇ ਵਿੱਚ ਤਾਂ ਫਿਰ ਇਹਨੂੰ ਔਨਲਾਈਨ ਕਲਾਸਿਸ ਕਿਹਾ ਜਾਂਦਾ, ਤਾਂ ਠੀਕ ਆ, ਇਹ ਫੀਸ ਜਿਹੜੀ ਉਹੀ ਕਰਾਵਾਂਗੇ ਜੀ। ਡਿਪਾਰਟਮੈਂਟ ਵਾਲਿਆਂ ਨਾਲ ਗੱਲ ਹੀ ਉਹ ਕਹਿੰਦੇ ਕਿ ਸਾਨੂੰ ਤੁਸੀਂ ਪੂਰੀ ਡਿਟੇਲ ਲਿਖ ਕੇ ਦੇ ਦੇਵੋ ਕਿ ਵੀ ਜੋ ਵੀ ਹੈਗੇ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਹੈਗਾ, ਬਾਕੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਤੁਸੀਂ ਵੀ ਦੇਖ ਲਓਗੇ ਅਤੇ ਅਸੀਂ ਵੀ ਦੇਖ ਲਓਗੇ। ਏਜੰਡਾ ਤਾਂ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਬੱਚੇ ਪੜ੍ਹਦੇ ਆ ਜੀ ਉਹਨਾਂ ਦੀਆਂ ਫੀਸਾਂ ਦਾ ਹੀ ਹੈਗਾ। ਅਸੀਂ ਇੱਥੇ ਸਾਰੇ ਜਿੰਨੇ ਵੀ ਪੇਰੈਂਟਸ ਆ ਉਹਨਾਂ ਨੂੰ ਇਕੱਠੇ ਕਰਿਆ, ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੂੰ ਸੁਣੀਆਂ ਅਤੇ ਮੌਕੇ 'ਤੇ ਉਹਨਾਂ ਨੂੰ ਹੱਲ ਕਰ ਦਿੱਤਾ ਗਿਆ। ਮੇਨ ਤਾਂ ਜਿਹੜਾ ਹੈ ਜੀ ਉਹ ਫੀਸਾਂ ਬਾਰੇ ਹੀ ਜ਼ਿਆਦਾ ਜਿਹੜੀ ਕੰਪਲੇਂਟ ਸਾਨੂੰ ਜਿਹੜੀਆਂ ਰਿਸੀਵ ਹੋ ਰਹੀਆਂ ਨੇ ਪੋਰਟਲ ਦੇ ਉੱਤੇ ਵੀ ਜਾਂ ਨਿੱਜੀ ਤੌਰ 'ਤੇ, ਕਿਉਂਕਿ ਪੋਰਟਲ ਦੀ ਜਿਹੜੀ ਪ੍ਰੋਬਲਮ ਆਉਂਦੀ ਸੀ, ਮੈਂ ਆਪ ਨਿੱਜੀ ਤੌਰ 'ਤੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਆ ਕੇ ਇੱਥੇ ਸਾਰਿਆਂ ਦੇ ਨਾਲ ਸ਼ਹੀਦ ਮੱਖਣ ਸਿੰਘ ਜਿਹੜਾ ਹਾਲ ਹੈ ਇਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਸ ਦੇ ਵਿੱਚ ਆ ਕੇ ਅਸੀਂ ਇੱਕ ਮੀਟਿੰਗ ਰੱਖੀ ਇਹਨਾਂ ਦੇ ਨਾਲ, ਅਤੇ ਉਹਨਾਂ ਨੇ ਜਿੰਨੀਆਂ ਪ੍ਰੋਬਲਮ ਦੱਸੀਆਂ ਉਹਨਾਂ ਨੂੰ ਜੋ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਨੇ ਅਸੀਂ ਉਹਨਾਂ ਨੂੰ ਜਾਰੀ ਕਰ ਦਿੱਤੇ ਗਏ ਆ। ਅਤੇ ਮੇਰਾ ਖਿਆਲ ਹੈ ਕਿ ਸਾਰੇ ਹੀ ਜਿੰਨੇ ਪੇਰੈਂਟਸ ਆਏ ਆ ਉਹ ਸੈਟਿਸਫਾਈ ਹੋ ਕੇ ਇੱਥੋਂ ਗਏ ਆ। ਥੋੜ੍ਹੇ ਦਿਨਾਂ ਬਾਅਦ ਅਸੀਂ ਇਸ ਤਰ੍ਹਾਂ ਦੀ ਕਾਨਫਰੰਸ ਫੇਰ ਕਰਾਂਗੇ, ਜੇ ਕਿਸੇ ਦੀ ਫਿਰ ਕੋਈ ਪ੍ਰੋਬਲਮ ਹੋਏਗੀ, ਕੁਆਇਰੀ ਹੋਏਗੀ, ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਸੋਲਵ ਕਰ ਦਿੱਤਾ ਜਾਵੇ। ਸਟੱਡੀਜ਼ ਦਾ ਤਾਂ ਇਸ ਤਰ੍ਹਾਂ ਹੈ ਜੀ, ਜਿਵੇਂ ਜ਼ੂਮ ਦੇ ਉੱਤੇ ਹੈ ਐਪ ਦੇ ਉੱਤੇ ਉਹ ਜਿੰਨੀ ਸਟੱਡੀ ਹੈ, ਕਿਉਂਕਿ ਟੀਚਰ ਨੇ ਉਹ ਸਾਰਾ ਲੈਕਚਰ ਪਹਿਲਾਂ ਤਿਆਰ ਕਰਨਾ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਬੱਚੇ ਨੂੰ ਉਹਨਾਂ ਨੇ ਡਿਲੀਵਰ ਕਰਨਾ ਹੈ, ਜਿੰਨੀ ਉਹਨਾਂ ਦੀ ਬਣਦੀ ਫੀਸ ਹੋਏਗੀ ਜੋ ਟਿਊਸ਼ਨ ਫੀਸ ਉਹ ਆਪਣੀ ਲੈ ਲੈਣਗੇ। ਦੈਟ ਇਜ਼ ਨਾਟ ਔਨਲਾਈਨ ਸਟੱਡੀਜ਼। ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਦੂਰਦਰਸ਼ਨ ਦੇ ਉੱਤੇ ਸਾਡੇ ਬੜੇ ਵਧੀਆ ਪ੍ਰੋਗਰਾਮ ਆ ਰਹੇ ਆ। ਸਾਡੇ ਮਾਣਯੋਗ ਸਿੱਖਿਆ ਸਕੱਤਰ ਸਾਹਿਬ ਨੇ ਜਿੰਨੇ ਵੀ ਇਹ ਪ੍ਰੋਗਰਾਮ ਬਣਾਏ ਹੈ ਤਾਂ ਕਿ ਜਿੰਨਾ ਪ੍ਰੋਗਰਾਮ TV ਰਾਹੀਂ ਵੀ ਹੋ ਰਿਹਾ, ਰੇਡੀਓ ਰਾਹੀਂ ਵੀ ਹੋ ਰਿਹਾ, ਅਤੇ ਬੱਚੇ ਉਸਦਾ ਪੂਰਾ ਲਾਭ ਉਠਾ ਰਹੇ ਆ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਬੱਚੇ ਵੀ ਹਨ ਉਹ ਇਸ ਪ੍ਰੋਗਰਾਮ ਦਾ ਪੂਰਾ ਲਾਹਾ ਲੈ ਰਹੇ। ਸੋ ਮੇਰੇ ਮੁਤਾਬਕ ਫੀਸ ਉਹਨਾਂ ਨੇ ਟਿਊਸ਼ਨ ਫੀਸ ਹੀ ਲੈਣੀ ਹੈ ਜੀ ਕੇਵਲ। ਜੇਕਰ ਕੋਈ ਵੀ ਇਸ ਤਰ੍ਹਾਂ ਸੰਸਥਾ ਤੰਗ ਕਰਦੀ ਹੈ ਤਾਂ ਉਹ ਸਾਨੂੰ ਰਿਟਰਨ ਕੰਪਲੇਂਟ ਦੇਣਗੇ, ਅਸੀਂ ਬਣਦੀ ਕਾਰਵਾਈ ਉਹਨਾਂ ਦੇ ਅਗੇਂਸਟ। ਜਿੰਨੀਆਂ ਸ਼ਿਕਾਇਤਾਂ ਸਾਡੇ ਕੋਲ ਰਿਟਰਨ ਆਈਆਂ 10 ਜਾਂ 12, ਉਹਨਾਂ ਦੇ ਵਿੱਚ ਜਿਹੜੀ ਪੋਰਟਲ 'ਤੇ ਆਉਂਦੀ ਆ ਸਾਨੂੰ 6 ਘੰਟੇ ਦੇ ਵਿੱਚ ਅਸੀਂ ਉਹਦਾ ਨਿਪਟਾਰਾ ਕਰਿਆ। ਅਤੇ ਜਿੰਨੇ ਵੀ ਪ੍ਰਿੰਸੀਪਲ ਸਾਹਿਬਾਨ ਨੇ ਪ੍ਰਾਈਵੇਟ ਸਕੂਲਾਂ ਦੇ,
उन्होंने जो हदायत की है तो उन्होंने सानू लिखती रूप से दिता है कि असी जो तुहाडा ये पंजाब सरकार का जो हुक्म है उसकी पालना करा। पठानकोट तो गुरदेव सिंह जौहल की रिपोर्ट।